ਬਿਰਿਆਨੀ ਖੁਦ ਮੈਨੂਫੈਕਚਰਿੰਗ ਕਰਦੇ ਨੇ ਇਹਦੇ ਤਾਂ ਦਿਖਾ ਦਿੰਦੇ ਨੇ ਬਿਰਿਆਨੀ ਕੋਲ ਉੱਧਰ ਦੇਖੋ ਯਾਰ ਸਮਾਨ ਵੀ ਪਿਆ ਵਾ ਆ ਦੇਖੋ ਬਿਰਿਆਨੀ ਖੁਦ ਹੀ ਤਿਆਰ ਕਰਦੇ ਨੇ ਆ ਦੇਖੋ ਯਾਰ ਸਾਰਾ ਸਾਰਾ ਸਿਸਟਮ ਬਿਰਿਆਨੀ ਦੇ ਕੋਲ ਖੁਦ ਹੀ ਸਾਰਿਆਂ ਨੂੰ ਕੀ ਹਾਲ ਚਾਲ ਤੇ ਸਾਰਿਆਂ ਦੇ ਆਈ ਹੋਪ ਕਿ ਸਾਰਿਆਂ ਨੇ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਜ਼ਿਆਦਾ ਵਧੀਆ ਵਾਂ ਤੇ ਅੱਜ ਅਸੀਂ ਆਏ ਸੀ ਗੌਤਮ ਭਾਈ ਦੇ ਕੋਲ ਕੀ ਹਾਲ ਚਾਲ ਬਹੁਤ ਵਧੀਆ ਭਾਈ ਦਾ ਨੇਚਰ ਆ ਤੁਸੀਂ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰਿਓ ਤੇ ਬਾਕੀ ਇਹਨਾਂ ਨੂੰ ਅਸੀਂ ਲੈ ਕੇ ਆਏ ਜੀ ਬਹੁਤ ਵਧੀਆ ਕਾਈਟ ਸ਼ੋਪ ਦੇ ਉੱਤੇ ਤੇ ਤੁਸੀਂ ਦੇਖੋਗੇ ਹਰ ਤਰ੍ਹਾਂ ਦੀ ਵੈਰਾਈਟੀ ਵੱਡੇ ਤੋਂ ਲੈ ਕੇ ਛੋਟੇ ਪਤੰਗ ਸਾਰੇ ਪਤੰਗ ਪਏ ਨੇ ਇੱਥੇ ਤੇ ਦੇਖੋਗੇ ਹੁਣ ਆਪਾਂ ਸਟਾਰਟਿੰਗ ਕਰਦੇ ਜੀ ਛੋਟੇ ਪਤੰਗ ਦੇ ਉੱਤੇ ਤੁਸੀਂ ਹੁਣ ਬਲੌਗ ਅਸੀਂ ਕਰਦੇ ਜੀ ਕੰਟੀਨਿਊ तिरंगा कितना सोहना वा 15 अगस्त नेड़े है हुण अपनी बाकी वधिया दा प्राइस की है 450 रुपए सैकड़ा 450 रुपए सैकड़ा 50 रुपए दर्जन 50 रुपए दर्जन सिंगल पीस जिहड़े किन्ने दा आपणा सिंगल पीस 5 रुपए दा जे किसी ने यार होलसेल लेने आ होलसेल भी भाई इन्हां कोल अवेलेबल ने ते मतलब मेन भाई इन्हां दा होलसेल ही काम आ ते नाल रिटेल भी कर दिंदे ने ते बाकी थोड़ा जिहा ਤੇ ਡਿਜ਼ਾਈਨ ਚੈੱਕ ਕਰੋ ਯਾਰ ਇੱਕ ਥੋੜਾ ਵੀ ਦੇਖਿਆ ਜੇ ਕੈਮਰੇ ਗ੍ਰਾਫ ਨੂੰ ਬਾਇਆ ਪਾਈ ਗਈ ਤੇ ਬਾਕੀ ਤੁਸੀਂ ਇਹ ਵੀ ਚੈੱਕ ਕਰੋ ਯਾਰ ਕਿੰਨਾ ਸਿੰਗਲ ਪੀਸ 20 ਰੁਪਏ ਦਾ 1200 ਰੁਪਏ ਸੈਂਕੜਾ ਸਿੰਗਲ ਪੀਸ 20 ਦਾ 20 ਦਾ ਸਿੰਗਲ ਪੀਸ 20 ਰੁਪਏ ਦਾ ਵਾ ਤੇ 1200 ਰੁਪਏ ਦਾ ਸੈਂਕੜਾ ਠੀਕ ਆ ਫਿਰ ਤੁਸੀਂ ਇੱਕ ਵਾਰੀ ਪੀਸ ਚੈੱਕ ਕਰੋ ਅੱਖਾਂ ਦੇ ਕਹਿੰਦੇ ਛੱਜ ਕਹਿੰਦੇ ਨੇ ਛੱਜ ਕਹਿੰਦੇ ਦੇਖੋ ਯਾਰ ਕਿੰਨਾ ਸੋਹਣਾ ਵਾ ਅੱਖਾਂ ਦੇ ਪੰਜਾਬ ਦਾ ਚਾਹੀਆ ਵਾ ਤੇ ਬਾਕੀ ਤੁਸੀਂ ਹੋਰ ਕੱਪੜੇ ਦੇ ਦੇਖੋ ਆ ਦੇਖੋ ਜੀ ਠੀਕ ਆ ਯਾਰ ਆ ਦੇਖੋ ਯਾਰ ਕਿੰਨਾ ਸੋਹਣਾ ਪੀਸ ਹੈ ਤਿਰੰਗੇ ਦੇ ਵਿੱਚ ਦੇਖੋ ਕਿੰਨਾ ਸੋਹਣਾ ਆਪਣਾ ਐਨ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਨਾਲ ਵਰਕ ਕੀਤਾ ਗਿਆ ਪਤੰਗ ਦੇ ਉੱਤੇ ਤੇ ਵੀ ਕਿੰਨੇ ਤਾਵੇ ਦਾ ਹੁੰਦਾ ਭਾਈ ਇਹ ਭਾਈ सैकड़ा 1800 रुपए का वा बिल्कुल जेन्युइन प्राइस है बाकी सारे सेम रेट में सारे ਫਿਰ ਆ ਜੀਗਾ ਮਾਰ ਲੈ ਇੱਕ ਵਾਰੀ 2500 ਰੁਪਏ ਵਾਲੀ ਦੇ ਸਾਰੇ ਇੱਕ ਵਾਰੀ ਤੇ ਆ ਦੇਖੋ ਯਾਰ ਕਿੰਨੇ ਸੋਹਣੇ ਪੀਸ ਨੇ ਆ ਦੇਖੋ ਆ ਦੇਖੋ ਚੈੱਕ ਵਾਲਾ ਕਿੰਨਾ ਸੋਹਣਾ ਵਾ ਤੇ ਬਾਕੀ ਯਾਰ ਤੁਸੀਂ ਇਹਦੇ ਵਿੱਚ ਦੇਖੋ ਉੱਪਰ ਟਿੱਕਾ ਲੱਗਿਆ ਹੋਇਆ ਵਾ ਹਨਾ ਤੇ ਆ ਦੇਖੋ ਇਧਰਲੀ ਛੱਜ ਦੇਖੋ ਇੱਥੇ ਕਿੰਨੀ ਸੋਹਣੀ ਕਢਾਈ ਕੀਤੀ ਗਈ ਆ ਤੇ ਯਾਰ ਹੋਰ ਦੇਖੋ ਯਾਰ ਕਿੰਨਾ ਸੋਹਣਾ ਪੀਸ ਹੈ ਮਤਲਬ ਸਾਰੇ ਪੀਸ ਯਾਰ ਬਹੁਤ ਆ ਦੇਖੋ ਯਾਰ ਆ ਵਾਲਾ ਪੀਸ ਦੇਖੋ ਸਟਾਰ ਬਣੇ ਹੋਇਆ ਵਿੱਚ ਬਹੁਤ ਸੋਹਣਾ ਤੇ ਬਾਕੀ ਵੀ ਹੁਣ ਮਾੜੇ ਤੁਹਾਨੂੰ ਦਿਖਾਉਂਦਾ ਕਿ ਇਹਨੂੰ ਕਹਿੰਦੇ ਆ ਜੀ ਪਰਾ ਦੇਖੋ ਹਨਾ ਤੇ ਪਰਾ ਇੱਕ ਵਾਰੀ ਵੀ ਇੱਕ ਪੀਸ ਲੱਗ ਜਾਏਗਾ ਦੇਖੋ ਥੋੜਾ ਜਿਹਾ ਆਹ ਕਾਹ ਥੱਲੇ ਪੈਣੀ ਆ ਦੇਖੋ ਵੈਰੀ ਗੁੱਡ ਤੁਸੀਂ ਪੀਸ ਚੈੱਕ ਕਰੋ ਯਾਰ ਸਾਰੇ ਹਨਾ ਕਿੰਨੇ ਸੋਹਣੇ ਸੋਹਣੇ ਆ ਦੇਖੋ ਯਾਰ ਭੂਤ ਬਣਿਆ ਹੋਇਆ ਕਿੰਨਾ ਸੋਹਣਾ ਪੀਸ ਆ ਤੇ ਬਾਕੀ ਯਾਰ ਤੁਸੀਂ ਇਹ ਚੀਜ਼ ਚੈੱਕ ਕਰੋ ਤੇ ਉਹਦੇ ਅੱਖਾਂ ਬਣੀਆਂ ਹੋਈਆਂ ਨੇ ਇਹਦਾ ਪ੍ਰਾਈਸ ਕੀ ਹੈ 10 ਰੁਪਏ ਸਿੰਗਲ 7 ਰੁਪਏ ਸੈਂਕੜਾ ਠੀਕ ਆ 7 ਰੁਪਏ ਸੈਂਕੜਾ ਵਾ ਤੇ 10 ਰੁਪਏ ਦਾ ਸਿੰਗਲ ਪੀਸ ਆ ਯਾਰ ਦੇਖੋ ਕਿੰਨਾ ਸੋਹਣਾ ਪੀਸ ਆ ਤੇ ਬਿਲਕੁਲ ਜੈਨੂਇਨ ਪ੍ਰਾਈਸ ਦਾ ਬਿਲਕੁਲ ਜੈਨੂਇਨ ਪ੍ਰਾਈਸ ਦਾ ਸਾਡੇ ਖੁਦ ਦੇ ਆਪਣੇ ਬੰਦੇ ਠੀਕ ਆ ਵੀਰੇ ਬਿਰਿਆਨੀ ਖੁਦ ਮੈਨੂਫੈਕਚਰਿੰਗ ਕਰਦੇ ਨੇ ਇਹਦੇ ਤਾਂ ਨਾਮ ਦਿਖਾ ਦਿੰਦੇ ਨੇ ਬਿਰਿਆਨੀ ਕੋਲ ਉੱਧਰ ਦੇਖੋ ਯਾਰ ਸਮਾਨ ਵੀ ਪਿਆ ਵਾ ਆ ਦੇਖੋ ਬਿਰਿਆਨੀ ਖੁਦ ਹੀ ਤਿਆਰ ਕਰਦੇ ਨੇ ਆ ਦੇਖੋ ਯਾਰ ਸਾਰਾ ਸਾਰਾ ਸਿਸਟਮ ਬਿਰਿਆਨੀ ਦੇ ਕੋਲ ਖੁਦ ਹੀ ਪਿਆ ਵਾ ਤੇ ਬਸ ਵੀ ਇੱਕ ਵਾਰੀ ਇਹਦਾ ਪ੍ਰਾਈਸ ਦੱਸ ਯਾਰ ਛੋਟਾ ਸੱਜਾ ਕੇ ਜਿਹਾ ਆਪਣੇ ਕੋਲ ਆ ਦੇਖ ਯਾਰ ਛੋਟਾ ਸਾਡਾ ਕਿੰਨਾ ਸੋਹਣਾ ਵਾ ਮਤਲਬ ਸਟਾਰਟਿੰਗ ਦੇ ਵਿੱਚ ਹਾਂਜੀ ਸਾਡੇ ਕਿੰਨੇ ਦਾ ਦੱਸੇ ਤੂੰ ਇਹ ਤੁਹਾਨੂੰ 10 ਰੁਪਏ ਦਾ ਪੀਸ 10 ਰੁਪਏ ਦਾ ਪੀਸ ਪਊਗਾ ਓਕੇ ਇਹ ਦੇਖੋ ਯਾਰ ਕਿੰਨਾ ਸੋਹਣਾ ਇਹ ਵੀ 7 ਰੁਪਏ ਸੈਂਕੜਾ ਵਾ ਤੇ 10 ਰੁਪਏ ਦਾ ਸਿੰਗਲ ਪੀਸ ਆ ਪਾਕਿਸਤਾਨੀ ਡਿਜ਼ਾਈਨ ਆਉਂਦੇ ਪਾਕਿਸਤਾਨੀ ਡਿਜ਼ਾਈਨ ਠੀਕ ਆ ਓਕੇ ਇਹਨੂੰ ਯਾਰ ਆਪਾਂ ਜਿੱਦਾਂ ਹੁਣ ਕਹਿ ਸਕਦੇ ਆ ਇੱਕ ਨਾ ਕਟਿੰਗ ਦੇਖੋ ਜੀ ਸਪੈਸ਼ਲ ਹੋਈ ਹੋਈ ਆ ਦੇਖੋ ਹਨਾ ਉੱਪਰ ਹੀ ਦੇਖੋ ਬਰੋਲ ਆ ਚੱਲ ਰਿਹਾ ਇਹ ਪਾਕਿਸਤਾਨੀ ਕਟਿੰਗ ਹੁੰਦੀ ਆ ਮਤਲਬ ਇਹ ਆਪਣੇ ਟੈਂਕਾ ਵੇਲੇ ਪਤੰਗ ਦੇਖੋ ਇਹ ਇੱਕ ਵਾਰ ਚੈੱਕ ਕਰੋ ਟੈਂਕਾ ਵੇਲੇ ਪਤੰਗ ਕੀ ਬਾਤ ਹੋ ਗਈ ਕੀ ਬਾਤ ਹੋ ਗਈ ਹੋਲਸੇਲ ਪੀਸ ਆ 40 ਰੁਪਏ ਦਾ ਪੀਸ ਆ ਯਾਰ ਇਹ ਮਾਰਕੀਟ ਵਿੱਚ ਨਾ 80-80 ਰੁਪਏ ਦੇ ਹਫ਼ਤੇ ਵਿਕਦੇ ਨੇ ਤੁਸੀਂ ਬਿਲਕੁਲ ਜੈਨੂਇਨ ਰੇਟ ਤੇ ਇਹਨਾਂ ਨੂੰ 100 ਰੁਪਏ ਵੀ ਦੇ ਸਕਦੇ ਹੋ 150 ਰੁਪਏ ਵੀ ਦੇ ਸਕਦੇ ਹੋ 300 ਰੁਪਏ ਦਾ ਪੀਸ ਆ ਯਾਰ ਦੇਖੋ ਕਿੰਨਾ ਸੋਹਣਾ ਪੀਸ ਆ ਬਿਲਕੁਲ ਜੈਨੂਇਨ ਯਾਰ ਮਤਲਬ ਇੰਨਾ ਅਟ੍ਰੈਕਟਿਵ ਪੀਸ ਆ ਨਾ ਤੁਸੀਂ ਕੋਈ ਨਹੀਂ ਲਾਉਂਗੇ ਨਾ ਵਹੀ ਆ ਜਾਣਾ ਸਾਨੂੰ ਹਨਾ ਤੇ ਬਾਕੀ ਵੀਰੇ ਦਾ ਪੀਸ ਇਹਦਾ ਪ੍ਰਾਈਸ ਕੀ ਆ ਸਿੰਗਲ 50 ਰੁਪਏ ਦਾ ਵਾ ਜੇ ਸੋਲ ਹੋਵੇ 40 ਰੁਪਏ ਦਾ ਪਊਗਾ ਠੀਕ ਆ ਸੋਲ ਹੋਵੇ ਤਾਂ 40 ਰੁਪਏ ਦਾ ਪਊਗਾ ਸਿੰਗਲ 50 ਰੁਪਏ ਦਾ ਆ ਵੀ 50 ਰੁਪਏ ਦਾ ਪੀਸ ਚੈੱਕ ਕਰ ਯਾਰ ਇੱਕ ਵਾਰੀ ਕਿੰਨਾ ਸੋਹਣਾ ਪੀਸ ਆ ਦੇ ਵਿੱਚ ਜਿਹੜੇ ਫੂਲ ਬਣੇ ਹੋਏ ਆ ਬਸ ਸਾਈਡ ਤੇ ਨਿੱਕੇ ਨਿੱਕੇ ਫੂਲ ਬਣੇ ਹੋਏ ਨੇ ਯਾਰ ਦੇਖਿਆ ਜੇ ਗੋਲੀ ਮਾਰਦਾ ਤੇ ਕਿਆ ਸੋਹਣਾ ਡਿਜ਼ਾਈਨ ਬਣਿਆ ਹੋਇਆ ਵੀ ਜਿਹੜੇ ਕਾਫੀ ਕਲਾ ਗਈ ਤੇ ਕੀ ਆ
ਇਹਦਾ ਪ੍ਰਾਈਸ ਵੀ 50 ਰੁਪਏ ਆ ਬਿਲਕੁਲ ਜੈਨਰਲ ਪ੍ਰਾਈਸ ਦਾ ਤੇ ਬਾਕੀ ਤੁਸੀਂ ਵੀ ਜੇ ਆਪਾਂ ਹਨਾ ਲੈ ਕੇ ਜਾਂਦੇ ਆ ਹੋਲਸੇਲ ਪ੍ਰਾਈਸ ਤੇ ਆਪਾਂ ਨੂੰ ਵੀ ਇਹ ਵੀ 40 ਰੁਪਏ ਦਾ ਪਊਗਾ ਇਹ ਵੀ ਹੋਲਸੇਲ ਪ੍ਰਾਈਸ ਤੁਹਾਨੂੰ 40 ਰੁਪਏ ਦਾ ਪਊਗਾ ਤੇ ਜਾ ਕੇ ਤੁਸੀਂ ਆਪਣੀ ਸ਼ੋਪ ਖੋਲ ਸਕਦੇ ਹੋ ਹਲੇ ਲੋੜੀ ਨੇੜੇ ਆਉਣ ਵਾਲੀ ਹੈ ਤੇ 15 ਅਗਸਤ ਨੇੜੇ ਆ ਹਨਾ ਤੇ ਤੁਸੀਂ ਮਤਲਬ ਚਲਾ ਸਕਦੇ ਆ ਆਪਣਾ ਬਿਜ਼ਨਸ ਇਹ ਆ ਵੀ ਸਹੀ ਬਿਜ਼ਨਸ ਇਹ ਰਹਿੰਦੇ ਆ ਇਹ ਪੀਸ ਵਾਲੇ ਬੜਾ ਖੂਬੀ ਆਵਾ ਤੁਹਾਨੂੰ ਫੇਰ ਅਗਲੀ ਵੀ ਦੱਸਾਂਗੇ ਤੁਹਾਨੂੰ ਪਰ ਫੇਰ ਵੀ ਬਹੁਤ ਜ਼ਿਆਦਾ ਵਧੀਆ ਡਿਜ਼ਾਈਨ ਬਣਿਆ ਹੋਇਆ ਹੈ ਨਾ ਆਪਣੀ ਜੀ ਬਹੁਤ ਬੜੇ ਸਨੇਕ ਬਣੇ ਹੋਰ ਕੁਝ ਨਹੀਂ ਸਨੇਕ ਮਤਲਬ ਕਹਿੰਦਾ ਇਹ ਬਹੁਤ ਜ਼ਿਆਦਾ ਹੁੰਦੇ ਨਹੀਂ ਬਿਲਕੁਲ ਜੈਨਰ ਮੈਂ ਤਾਂ ਇਹ ਲੋੜੀ ਤੁਸੀਂ ਦੇਖਿਆ ਹੋਣਾ ਮੇਰੇ ਗਲੋਵ ਵਿੱਚ ਮੈਂ ਪਾਇਆ ਹੋਇਆ ਵਾ ਮੈਂ ਕਹਿੰਦਾ ਮੈਂ ਇਹ ਬਹੁਤ ਜ਼ਿਆਦਾ ਡਾਈ ਸੀਗੇ ਕੁਝ ਜੋ ਵੀ ਲੋੜੀ ਹੈ ਜਿਹੜੀ ਤੁਸੀਂ ਦੇਖਿਆ ਹੀ ਤੇ ਬਾਕੀ ਇਹ ਸਨੇਕ ਦਾ ਕੀ ਪ੍ਰਾਈਸ ਆ ਕਿਹੜਾ ਉਸ ਸਨੇਕ ਦਾ ਪਰਨੇ ਆ ਵਾਲਾ ਹਾਂਜੀ 15 ਰੁਪਏ 15 ਰੁਪਏ ਪੀਸ ਆ ਤੇ ਸੈਂਕੜਾ ਕਰੀ ਮੈਂ ਦੱਸ ਸੈਂਕੜਾ ਤਾਂ 1300 ਰੁਪਏ 1300 ਰੁਪਏ ਦਾ ਸੈਂਕੜਾ ਪਊਗਾ ਤੇ 15 ਰੁਪਏ ਦਾ ਪੀਸ ਪਊਗਾ ਤੁਸੀਂ ਇਹਨੂੰ ਲੈ ਜਾ ਕੇ ਮਾਰਕੀਟ ਦੇ ਵਿੱਚ ਬਿਲਕੁਲ ਜੈਨੂਇਨ ਰੇਟ ਤੇ 50 ਰੁਪਏ ਦਾ ਵੇਚ ਸਕਦੇ ਹੋ ਕਿਉਂਕਿ ਮੈਂ ਖੁਦ ਨੇ 50 40 ਰੁਪਏ ਰੇਟ ਤੇ ਉੱਤੇ ਰਿਟੇਲ ਦੀ ਦੁਕਾਨ ਤੋਂ ਪਰਚੇਜ਼ ਕੀਤੇ ਹੋਏ ਆ ਹਨਾ ਤੁਸੀਂ ਬਿਜ਼ਨਸ ਵੀ ਕਰ ਸਕਦੇ ਹੋ ਤੇ ਇਹ ਫਿਰ ਦੁੱਕਾ ਲੈ ਕੇ ਜਿਹੜੀ ਲੈ ਕੇ ਤਾਂ ਕਿ ਇਹਦੇ ਨੂੰ ਨਹੀਂ ਯਾਰ ਇੱਧਰ ਦਿਖਾ ਦੇ ਕੋਈ ਨਹੀਂ ਦਿਖਾ ਦੇ ਯਾਰ ਦੇਖ ਯਾਰ ਕਿੰਨੇ ਸੋਹਣਾ ਪੀਸ ਹੈ ਤੁੱਕਾ ਦਾ ਕੀ ਆਵਾਜ਼ ਆ ਮਤਲਬ ਪੀਸ ਦੇਖੋ ਕਿੰਨਾ ਬਿਲਕੁਲ ਜੈਨੂਇਨ ਹੈ ਬਿਲਕੁਲ ਮੈਂ ਆਪ ਖੁਦ ਨੀ ਬਹੁਤ ਜ਼ਿਆਦਾ ਇਹ ਉਡਾਏ ਨੇ ਆਪਣੇ ਪੰਜਾਬੀ ਭਰਾ ਹੁਣ ਤਾਂ ਬਹੁਤ ਜ਼ਿਆਦਾ ਫੇਵਰੇਟ ਨੇ ਯਾਰ ਹਨਾ ਕਿੰਨੇ ਵਾਲੇ ਜਿਹੜੇ ਹੁੰਦੇ ਆ ਪਟਾਕੇ ਵਗੈਰਾ ਦੇ ਹੁੰਦਾ ਵੀ ਹਨਾ ਤੇ ਬਾਕੀ ਇਹਦੇ ਪ੍ਰਾਈਸ ਕੀ ਹੈ ਵੀਰੇ 50 ਰੁਪਏ ਇਹਦਾ ਵੀ ਪ੍ਰਾਈਸ 50 ਰੁਪਏ ਆ ਤੇ ਇਹ ਵੀ ਹੋਲਸੇਲ ਪ੍ਰਾਈਸ ਕੀ ਇਹਦਾ 4000 ਰੁਪਏ 4000 ਰੁਪਏ ਸੈਂਕੜਾ ਠੀਕ ਹੈ ਤੇ ਦਰਜਨ ਕਿੰਨੇ ਦੇ ਆਣਗੇ 500 ਰੁਪਏ 500 ਰੁਪਏ ਦਰਜਨ ਆਣਗੇ ਤੇ ਬਿਲਕੁਲ ਜੈਨੂਇਨ ਪ੍ਰਾਈਸ ਯਾਰ ਦੇਖੋ ਹਨਾ ਤੇ ਕਿੰਨਾ ਸੋਹਣਾ ਪੀਸ ਆ ਤੇ ਥੋੜਾ ਵੀ ਆਪਣਾ ਇੱਕ ਵਾਰੀ ਸਿੱਧਾ ਕਰਕੇ ਦਿਖਾ ਲਓ ਇੱਕ ਵਾਰੀ ਥੋੜਾ ਜਿਹਾ ਸਿੱਧਾ ਕਰਕੇ ਦਿਖਾ ਲਓ ਯਾਰ ਨਹੀਂ ਨੇੜੇ ਆਇਓ ਮਾੜਾ ਜਿਹਾ ਪੀਸ ਚੈੱਕ ਕਰੋ ਯਾਰ ਇਹ ਕਿੰਨੇ ਤਾਵੇ ਦਾ ਵੀਰੇ 3 ਤਾਵੇ ਇਹ ਵੀ 3 ਤਾਵੇ ਦਾ ਵਾ ਯਾਰ ਕਿਆ ਬਾਤ ਹੈ ਕਿਆ ਬਾਤ ਹੈ ਪੀਸ ਚੈੱਕ ਕਰੋ ਇੱਕ ਵਾਰ ਤੁਸੀਂ ਬਿਲਕੁਲ ਜੈਨੂਇਨ ਪ੍ਰਾਈਸ ਤੁਹਾਨੂੰ ਬਿਲਕੁਲ 3 ਤਾਵੇ ਬਿਲਕੁਲ ਜੈਨੂਇਨ ਪ੍ਰਾਈਸ ਤੇ ਮਿਲਦਾ ਪਿਆ ਵਾ ਤੇ ਬਾਕੀ ਤੁਹਾਡੇ ਕੋਲ ਵੱਡੇ ਵੱਡੇ ਵੀ ਹੋਏ ਨੇ 6 ਤਾਵਿਆਂ ਦੇ 7 ਤਾਵਿਆਂ ਦੇ ਠੀਕ ਆ ਹਲੇ ਯਾਰ ਸਟੋਕ ਆਉਣ ਵਾਲਾ ਵਾ ਹਲੇ ਥੋੜ੍ਹਾ ਜਿਹਾ ਕੰਮ ਹਲੇ ਸਟਾਰਟ ਹੁੰਦਾ ਵਾ ਤੁਸੀਂ ਲੋਹੜੀ ਤੱਕ ਦੇਖਿਓ ਬਸੰਤ ਤੱਕ ਜਿਹੜੇ ਆਪਣੀ ਮੇਨ ਤਿਉਹਾਰ ਪੰਜਾਬ ਦੇ ਵਿੱਚ ਮਨਾਏ ਜਾਂਦੇ ਨੇ ਪਰ ਹੁਣ ਇਸ ਟਾਈਮ ਡਿਮਾਂਡ ਆ ਰਹੀ ਸੀ 15 ਅਗਸਤ ਦੀ ਤਾਂ ਕਰਕੇ ਆਪਾਂ ਲੋਹੜੀ ਤਿਆਰ ਕੀਤੀ ਹੈ 15 ਅਗਸਤ ਦੇ ਲਈ ਕਿਉਂਕਿ ਦਿੱਲੀ ਵਿੱਚ ਬਹੁਤ ਜ਼ਿਆਦਾ ਪਤੰਗ ਉੜਦੇ ਨੇ 15 ਅਗਸਤ ਨੂੰ ਤੇ ਇਸ ਲਈ ਆਪਾਂ ਤਿਆਰ ਕੀਤੀ ਹੈ ਵੀਡੀਓ ਇਹ ਤੇ ਅੱਜ ਦੀ ਵੀਡੀਓ ਜਿਹੜੀ ਸੀਗੀ ਤੁਹਾਡੇ ਸਾਰਿਆਂ ਦੇ ਲਈ ਇੰਨੀ ਸੀਗੀ ਤੇ ਬਾਕੀ ਬਾਈ ਇਹਨਾਂ ਨੂੰ ਮੈਂ ਇੱਕ ਵਾਰੀ ਕਹਿ ਦੂੰਗਾ ਕਿ ਆਪਣਾ ਕੰਟੈਕਟ ਨੰਬਰ ਦੱਸ ਦੇਵੇ ਇੱਕ ਵਾਰੀ 9811446533 ਠੀਕ ਆ ਇਹ ਆ ਕੰਟੈਕਟ ਨੰਬਰ ਆਪਣੇ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦੂੰਗਾ ਇੱਕ ਵਾਰੀ ਤੇ ਦੁਕਾਨ ਦਾ ਐਡਰੈਸ ਦੱਸ ਦਿਓ ਇੱਕ ਵਾਰੀ ਕਿਤੇ ਦੁਕਾਨ ਦਾ ਐਡਰੈਸ ਸੀ ਗ੍ਰਾਮ ਦੇਸੀ ਗਰਾਊਂਡ ਕਹਿੰਦੇ ਆ ਇੱਥੇ ਲੁਧਿਆਣੇ ਦੇ ਵਿੱਚ ਮੇਨ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਬਾਕੀ ਅੱਜ ਦੀ ਵੀਡੀਓ 'ਚ ਇੰਨੇ ਸੀਗੇ ਜੀ ਵੀਡੀਓ ਵਧੀਆ ਲੱਗੀ ਹੋਵੇ ਸਾਨੂੰ ਮੈਂ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ